ਸਨ। ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੋਈ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੋਈ ਸਾਨੂੰ ਮਰਨ ਦਾ ਸ਼ੌਕ ਵੀ ਸੀ। ਖਾਨ ਸਾਹਿਬ, ਇਹ ਆਵਾਮ ਹਰ ਕਿਸਮ ਕੀ ਕੁਰਬਾਨੀ ਕਰਨੇ ਕੋ ਤਿਆਰ ਹੈ, ਹਰ ਕਿਸਮ ਕੀ ਕੁਰਬਾਨੀ ਦੇਣੇ ਕੋ ਤਿਆਰ ਹੈ। ਇਹ ਹਮਾਰੀ ਮਾਂ ਬਹਿਨੇ, ਹਮਾਰੀ ਬੱਚੀਆਂ ਜੋ ਅੱਜ ਖੜੀ ਵੀ ਹੈ, ਇਸੀ ਮਕਸਦ ਕੇ ਲਈ ਖੜੀ ਹੋਈਆਂ ਕੋ ਆਪਕੋ ਬਤਾ ਦੇ, ਇਨਸ਼ਾਅੱਲਾ ਇਨਸ਼ਾਅੱਲਾ ਜੀਤ ਤਹਿਰੀਕ ਇਨਸਾਫ ਕੀ ਹੋਗੀ। ਵਜ੍ਹਾ ਇਹ ਹੈ ਕਿ ਹਮ ਬੜੇ ਹੀ ਖੁਸ਼ ਨਸੀਬ ਹੈ ਕਿ ਹਮਾਰਾ ਲੀਡਰ ਇੱਕ ਸੱਚਾ ਲੀਡਰ ਹੈ, ਇੱਕ ਬਹਾਦੁਰ ਲੀਡਰ ਹੈ, ਇੱਕ ਨੱਡਰ ਲੀਡਰ ਹੈ, ਔਰ ਜੋ ਪਾਕਿਸਤਾਨ ਕੇ ਲਈ ਜੋ ਇਸ ਵਕਤ ਜੰਗ ਕਰ ਰਹਾ ਹੈ, ਉਹ ਪਾਕਿਸਤਾਨ ਕੀ ਗੈਰਤ ਕੀ ਜੰਗ ਹੈ। ਔਰ ਇਨਸ਼ਾਅੱਲਾ ਇਨਸ਼ਾਅੱਲਾ ਹਮ ਇਹ ਸਾਰੇ ਬੇਗੈਰਤ ਲੋਟੇ ਔਰ ਇਹ ਸਾਰੇ ਬੇਗੈਰਤ ਚੂਹੇ ਇਨਕੋ ਇਨਸ਼ਾਅੱਲਾ ਦੌੜਾ ਦੇਂਗੇ 17 ਜੁਲਾਈ ਕੋ ਇਨਸ਼ਾਅੱਲਾ। ਕੌਣ ਬਚਾਏਗਾ ਪਾਕਿਸਤਾਨ, ਕੌਣ ਬਚਾਏਗਾ ਪਾਕਿਸਤਾਨ? ਇਮਰਾਨ ਤੇਰੇ ਜਾਨਸਾਰ, ਇਮਰਾਨ ਤੇਰੇ ਜਾਨਸਾਰ। ਨਾਰਾਏ ਤਕਬੀਰ, ਨਾਰਾਏ ਰਸਾਲਤ, ਨਾਰਾਏ ਹੈਦਰੀ। ਪਾਕਿਸਤਾਨ ਇਮਰਾਨ ਖਾਨ। ਬਹੁਤ ਸ਼ੁਕਰੀਆ।